ਸਕਾਰਪੀਓ ਗੱਡੀ ਆ ਜਿਹੜੀ ਕਿ ਤਕਰੀਬਨ 1.5 ਫੁੱਟ ਉੱਚੇ ਬਣੇ ਜਿਹੜੇ ਚੌਂਕ ਹੁੰਦੇ ਨੇ ਸੜਕਾਂ ਦੇ ਵਿਚਾਲੇ, ਉਸ ਚੌਂਕ 'ਚ ਚੜ੍ਹ ਚੁੱਕੀ ਆ। ਪੋਲ ਜੋ ਲੱਗਿਆ ਹੋਇਆ, ਜੋ ਕੈਮਰਾ ਜਿਸ ਦੇ ਵਿੱਚ ਟ੍ਰੈਫਿਕ ਦੇ ਨਿਯਮ ਦੀ ਉਲੰਘਣਾ ਕਰਨ ਵਾਲੇ ਕੈਦ ਹੋ ਜਾਂਦੇ ਨੇ ਜਾਂ ਜਿਸ 'ਚ ਵਾਹਨ ਕੈਦ ਹੁੰਦੇ ਨੇ, ਪੋਲ ਵੀ ਜਿਹੜਾ ਟਕਰਾਇਆ ਗੱਡੀ ਜਿਹੜੀ ਕਿ ਪੋਲ ਨੂੰ ਵੀ ਨਾਲ ਨੁਕਸਾਨ ਕਰਦੀ ਆ। ਬਾਉਂਡਰੀ ਲਾਈਨ ਆ ਜੋ ਇਸ ਪੋਲ ਚੌਂਕ ਦੀ ਬਾਉਂਡਰੀ ਆ, ਉਹ ਵੀ ਜਿਹੜੀ ਕਿ ਖਤਮ ਹੋ ਚੁੱਕੀ, ਟੁੱਟ ਚੁੱਕੀ ਆ, ਉਹ ਸਾਰੀ ਤੋੜ ਕੇ ਬਾਉਂਡਰੀ ਜਿਹੜੀ ਕਿ ਅੱਗੇ ਗੱਡੀ ਚੜ੍ਹਦੀ ਆ, ਗੱਡੀ ਦੇ ਨਾਲ ਪੋਲ ਜਿਹੜਾ ਟੁੱਟਦਾ ਆ। ਅਤੇ ਜੋ ਅੰਦਰ ਸਮੱਗਰੀ ਪਈ ਆ, ਉਹ ਸਮੱਗਰੀ ਤੋਂ ਲੱਗਦਾ ਹੈ ਕਿ ਗੱਡੀ ਕੋਈ ਵਕੀਲ ਚਲਾ ਰਿਹਾ ਸੀ, ਜੋ ਅੱਗੋਂ ਟਾਇਰ ਹੈ ਉਹ ਵੀ ਜਿਹੜਾ ਕਿ ਹੈ ਉਹ ਪੰਚਰ ਹੋ ਚੁੱਕਿਆ ਆ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸੁਰਖਾਬ। ਦੋਸਤੋ, ਅਕਸਰ ਚੰਡੀਗੜ੍ਹ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਬਹੁਤ ਸਰਗਰਮ ਰਹਿੰਦੀ ਹੈ, ਬਹੁਤ ਸਖਤ ਰਹਿੰਦੀ ਹੈ, ਅਤੇ ਜੇਕਰ ਕੋਈ ਟ੍ਰੈਫਿਕ ਦੀ ਉਲੰਘਣਾ ਕਰਦਾ, ਨਿਯਮਾਂ ਦੀ ਉਲੰਘਣਾ ਕਰਦਾ, ਤਾਂ ਉਸਦਾ ਚਲਾਨ ਵੀ ਕੱਟਿਆ ਜਾਂਦਾ ਹੈ। ਹਾਲਾਂਕਿ ਇਸ ਦੇ ਬਾਵਜੂਦ ਵੀ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੋ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਨੇ, ਅਤੇ ਖਾਸ ਤੌਰ 'ਤੇ ਹਾਦਸਿਆਂ ਦੀ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਪਰ ਅੱਜ ਇੱਕ ਅਜਿਹਾ ਹਾਦਸਾ ਹੋਇਆ ਜਾਂ ਇੱਕ ਅਜਿਹੇ ਕਿਸਮ ਦੀ ਟ੍ਰੈਫਿਕ ਦੀ ਨਿਯਮ ਦੀ ਉਲੰਘਣਾ ਹੋਈ ਆ, ਜਿਸ ਨੂੰ ਵੇਖ ਕੇ ਜਿੱਥੇ ਟ੍ਰੈਫਿਕ ਪੁਲਿਸ ਚੌਂਕ ਚੁੱਕੀ ਹੈ, ਤੁਸੀਂ ਵੀ ਚੌਂਕ ਚੁੱਕੋ ਜਾਓਗੇ। ਮੈਂ ਆਪਣੀ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਦਿਖਾਈ ਜਾਵੇ ਕਿ ਹੈਵੀ ਗੱਡੀ ਆ ਜਿਹੜੀ ਸਕਾਰਪੀਓ ਗੱਡੀ ਆ ਜਿਹੜੀ ਕਿ ਉਹ ਤਕਰੀਬਨ 1.5 ਫੁੱਟ ਉੱਚੇ ਬਣੇ ਜਿਹੜੇ ਚੌਂਕ ਹੁੰਦੇ ਨੇ ਸੜਕਾਂ ਦੇ ਵਿਚਾਲੇ, ਉਸ ਚੌਂਕ 'ਚ ਚੜ੍ਹ ਚੁੱਕੀ ਹੈ ਉਹ ਗੱਡੀ ਜਿਹੜੀ ਕਿ ਇਸ ਵਕਤ ਨੁਕਸਾਨੀ ਗਈ ਆ। ਹਾਲਾਂਕਿ ਉਸ ਗੱਡੀ ਦਾ ਜੋ ਅੱਗੋਂ ਟਾਇਰ ਹੈ ਉਹ ਵੀ ਜਿਹੜਾ ਕਿ ਹੈ ਉਹ ਪੰਚਰ ਹੋ ਚੁੱਕਿਆ ਆ, ਅਤੇ ਕਾਰਨ ਹਜੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੋਲ ਜਿਹੜਾ ਆਪਣੇ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ, ਪੋਲ ਜੋ ਲੱਗਿਆ ਹੋਇਆ ਜੋ ਕੈਮਰਾ ਜੋ ਦਿਖਾਉਂਦਾ ਆ ਜਿਸ ਦੇ ਵਿੱਚ ਉਹ ਟ੍ਰੈਫਿਕ ਦੇ ਨਿਯਮ ਦੀ ਉਲੰਘਣਾ ਕਰਨ ਵਾਲੇ ਕੈਦ ਹੋ ਜਾਂਦੇ ਨੇ ਜਾਂ ਜਿਹ 'ਚ ਵਾਹਨ ਕੈਦ ਹੁੰਦੇ ਨੇ, ਜਿਹਦੇ ਜ਼ਰੀਏ ਨਿਗਰਾਨੀ ਰੱਖੀ ਜਾਂਦੀ ਹੈ, ਉਹ ਇਹ ਪੋਲ ਹੈ, ਅਤੇ ਇਸ ਪੋਲ ਦੇ ਜ਼ਰੀਏ ਹੀ ਜਿਹੜਾ ਕਿ ਹੈ ਇਹ ਪੋਲ ਵੀ ਜਿਹੜਾ ਟਕਰਾਇਆ ਗੱਡੀ ਜਿਹੜੀ ਕਿ ਪੋਲ ਨੂੰ ਵੀ ਨਾਲ ਨੁਕਸਾਨ ਕਰਦੀ ਆ। ਹਾਲਾਂਕਿ ਗੱਡੀ ਦੇ ਅੰਦਰ ਇੱਕ ਡਰਾਈਵਰ ਦੱਸਿਆ ਜਾ ਰਿਹਾ, ਜੋ ਸਾਨੂੰ ਜਾਣਕਾਰੀ ਮਿਲੀ ਹੈ, ਇਸ ਰੋਡ ਦੇ ਉੱਤੇ ਜਿਹੜਾ ਕਿ ਜੋ ਸਪੀਡ ਆ ਉਹ ਵੀ ਲਿਮਿਟ ਹੈ। ਹਾਲਾਂਕਿ ਚੰਡੀਗੜ੍ਹ ਦੇ ਵਿੱਚ 60 ਦੀ ਸਪੀਡ ਹਰ ਥਾਂ ਲਿਮਿਟ ਹੁੰਦੀ ਹੈ, ਅਤੇ ਉਹ ਸਪੀਡ ਜਿਹੜੀ ਕਿਤੇ ਨਾ ਕਿਤੇ ਹੁਣ ਜੋ ਕਾਰਨ ਆ ਉਹ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਅਤੇ ਜੋ ਅੰਦਰ ਸਮੱਗਰੀ ਪਈ ਹੈ ਉਹ ਸਮੱਗਰੀ ਤੋਂ ਲੱਗਦਾ ਹੈ ਕਿ ਗੱਡੀ ਕੋਈ ਵਕੀਲ ਚਲਾ ਰਿਹਾ ਸੀ, ਯਾਨੀ ਕਿ ਕਿਸੇ ਵਕੀਲ ਦੀ ਗੱਡੀ ਇਹ ਲੱਗ ਰਹੀ ਆ। ਹਾਲਾਂਕਿ ਪੂਰੇ ਤਫਤੀਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ, ਪੁਲਿਸ ਵੀ ਇੱਥੇ ਪਹੁੰਚ ਚੁੱਕੀ ਹੈ ਲਗਾਤਾਰ, ਪੁਲਿਸ ਵੱਲੋਂ ਹੁਣ ਇਹ ਚੀਜ਼ਾਂ ਕੋਲ ਗੱਡੀ ਰਿਕਵਰ ਵੀ ਕੀਤੀ ਜਾਵੇਗੀ, ਗੱਡੀ ਨੂੰ ਇੱਥੋਂ ਹਟਾਇਆ ਵੀ ਜਾਵੇਗਾ, ਇੱਥੇ ਟ੍ਰੈਫਿਕ ਕੋਲ ਗੱਡੀ ਕਰਕੇ ਜ਼ਿਆਦਾ ਹੋ ਰਿਹਾ ਆ, ਅਤੇ ਕਾਰਨ ਵੀ ਜ਼ਰੂਰ ਲੱਭੇ ਜਾਣਗੇ, ਕਾਰਨ ਕੀ ਹੋ ਸਕਦੇ ਨੇ ਇਹ ਵੀ ਜ਼ਰੂਰ ਲੱਭਣ ਦੀ ਕੋਸ਼ਿਸ਼ ਹੈ ਕਿ ਗੱਡੀ ਕਿਸ ਤਰੀਕੇ ਨਾਲ ਉੱਪਰ ਚੜ੍ਹੀ ਆ। ਰਿਕਵਰੀ ਵਾਲੀ ਜਿਹੜੀ ਟੋਇੰਗ ਉਹ ਵੀ ਜਿਹੜੀ ਕਿ ਜਿਹੜੀ ਸਰਵਿਸ ਵਾਲੀ ਵੈਨ ਹੁੰਦੀ ਆ ਉਹ ਵੀ ਮੰਗਾਈ ਗਈ ਹੈ, ਅਤੇ ਗੱਡੀ ਵੀ ਜਿਹੜੀ ਕਿ ਹੁਣ ਇਹ ਨੁਕਸਾਨੀ ਗਈ ਹੈ, ਗੱਡੀ ਜਿਹੜੀ ਇਸ ਇੱਕ ਪਾਸਿਓਂ ਨੁਕਸਾਨੀ ਗਈ, ਕੋਈ ਪੋਲ ਨਾਲ ਟਕਰਾਈ ਆ, ਅੱਗੇ ਜਿਹੜੀ ਬਾਉਂਡਰੀ ਲਾਈਨ ਆ ਜੋ ਇਸ ਚੌਂਕ ਦੀ ਬਾਉਂਡਰੀ ਆ ਉਹ ਵੀ ਜਿਹੜੀ ਕਿ ਖਤਮ ਹੋ ਚੁੱਕੀ, ਟੁੱਟ ਚੁੱਕੀ ਆ, ਔਰ ਸਾਰੀ ਤੋੜ ਕੇ ਬਾਉਂਡਰੀ ਜਿਹੜੀ ਕਿ ਅੱਗੇ ਗੱਡੀ ਚੜ੍ਹਦੀ ਆ, ਗੱਡੀ ਦੇ ਨਾਲ ਪੋਲ ਜਿਹੜਾ ਟੁੱਟਦਾ ਆ। ਹਾਲਾਂਕਿ ਚੰਡੀਗੜ੍ਹ ਪੁਲਿਸ ਜੀ ਤੋਂ ਗੱਲ ਕਰਦੇ ਹਾਂ ਤਾਂ ਜ਼ਰੂਰ ਕਿਤੇ ਨਾ ਕਿਤੇ ਸਖਤ ਨਜ਼ਰ ਆਉਂਦੀ ਹੈ, ਅਤੇ ਹੁਣ ਪੁਲਿਸ ਵੀ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਪੁਲਿਸ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰ ਰਹੀ ਆ। ਹਾਲਾਂਕਿ ਕੋਸ਼ਿਸ਼ ਜ਼ਰੂਰ ਹੋਵੇਗੀ ਪੁਲਿਸ ਜੀ ਕਿ ਖੰਗਾਲਿਆ ਜਾਵੇ ਕਿਸ ਤਰੀਕੇ ਦੇ ਨਾਲ ਗੱਡੀ ਜਿਹੜੀ ਕਿ ਉੱਪਰ ਚੜ੍ਹੀ ਆ, ਅਤੇ ਗੱਡੀ ਜਦੋਂ ਉੱਪਰ ਚੜ੍ਹਦੀ ਹੈ ਤਾਂ ਜੋ ਸਾਹਮਣੇ ਪੋਲ ਹੈ ਉਹਦੇ ਵਿੱਚ ਟਕਰਾ ਕੇ ਉਹ ਪੋਲ ਦੇ ਵਿੱਚ ਫਸ ਚੁੱਕੀ ਆ। ਸਮੱਗਰੀ ਤੋਂ ਇਹ ਨਜ਼ਰ ਆ ਰਿਹਾ ਜੋ ਅੰਦਰ ਜੋ ਅਸੀਂ ਕਹਿ ਦਈਏ ਕਿ ਇੱਕ ਕੋਟ ਪਿਆ ਆ ਜਾਂ ਹੋਰ ਜੋ ਸਮੱਗਰੀ ਪਈ ਆ ਉਹ ਤੋਂ ਜ਼ਰੂਰ ਨਜ਼ਰ ਆ ਰਿਹਾ ਕਿ ਵਕੀਲ ਦੀ ਗੱਡੀ ਆ। ਸੋ ਇੱਕ ਵਿਲੱਖਣ ਹਾਦਸਾ ਜਿਸ ਨੂੰ ਅਸੀਂ ਤੁਹਾਡੇ ਤੱਕ ਲੈ ਕੇ ਆਏ, ਖਾਸ ਇਹ ਤਸਵੀਰਾਂ ਤੁਹਾਡੇ ਤੱਕ ਲੈ ਕੇ ਆਏ ਹਾਂ ਜਿਹਦੇ ਵਿੱਚ ਚੰਡੀਗੜ੍ਹ ਦੇ ਇਸ ਚੌਂਕ ਦੇ ਉੱਤੇ
ਗੱਡੀ ਚੜ੍ਹੀ ਆ ਜਿਹਨੇ ਇੱਕ ਪੋਲ ਤੋੜਿਆ ਅਤੇ ਚੌਂਕ ਦੇ ਤਕਰੀਬਨ 2 ਫੁੱਟ ਉੱਚਾ ਜਿਹੜਾ ਚੌਂਕ ਹੈ, ਚੌਂਕ ਦੀ ਜੋ ਬਾਉਂਡਰੀ ਆ ਉਹਨੂੰ ਤੋੜ ਕੇ ਗੱਡੀ ਚੜ੍ਹ ਗਈ ਆ, ਜਿਹਦੇ ਉੱਤੇ ਇਹ ਪੋਲ ਜਿਹੜਾ ਲੱਗਿਆ ਹੋਇਆ ਕੈਮਰੇ ਵਾਲਾ ਪੋਲ, ਉਹ ਵੀ ਟੁੱਟ ਚੁੱਕਿਆ ਹੈ ਅਤੇ ਗੱਡੀ ਵੀ ਕਾਫੀ ਨੁਕਸਾਨੀ ਗਈ ਹੈ ਅਤੇ ਜਿਹੜੀ ਉਹ ਬਾਉਂਡਰੀ ਆ ਉਹ ਚੌਂਕ ਆ ਉਸਦਾ ਵੀ ਕਾਫੀ ਨੁਕਸਾਨ ਹੋਇਆ। ਪੁਲਿਸ ਮੌਕੇ 'ਤੇ ਮੌਜੂਦ ਹੈ ਅਤੇ ਪੁਲਿਸ ਵੱਲੋਂ ਲਗਾਤਾਰ ਹੁਣ ਅਗਲੀ ਕਾਰਵਾਈ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ। ਮੈਂ ਸਰਕਾਰ ਆਪਣੇ ਸਹਿਯੋਗੀ ਅਮਨ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।